ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਜੀ ਇਸ ਵਕਤ ਮੈਂ ਮੌਜੂਦ ਹਾਂ ਆਪਣਾ ਬਾਦ ਸ਼ਰਵਾਨ ਵਿੱਚ ਤੇ ਅਸੀਂ ਜਿਹੜਾ ਇਹਨਾਂ ਇੱਥੇ ਕੰਮ ਕਰਦੇ ਆ ਸਭ ਤੋਂ ਤੁਸਾਂ ਲੋਕਾਂ ਨੂੰ ਸ਼ੈੱਡ ਜਿਹੜੇ ਨਜ਼ਰ ਆਉਂਦੇ ਨੇ ਤੇ ਇੱਥੇ ਮਜ਼ਦੂਰ ਕੰਮ ਕਰਦੇ ਨੇ ਟੰਡਰ ਲੱਗੇ ਦੇ ਨੇ ਤੇ ਆਸਾ ਨਾਲ ਬੈਠੇ ਦੇ ਨੇ ਜੀ ਮਾਜ਼ਦ ਸਾਰ ਵਾਸਤੇ ਖਾਸ ਦੋਸਤ ਨੇ ਤੇ ਇਹ ਹਫਤਾਰੀ ਦੀ ਤਿਆਰੀ ਹੋ ਰਹੀ ਹੈ ਰਮਜ਼ਾਨ ਦਾ ਮਹੀਨਾ ਹੈ ਨਮਾਜ਼ ਪੜ੍ਹ ਕੇ ਮੋੜੇ ਨੇ ਤੇ ਇਹ ਜਿਹੜੇ ਨੇ ਆਲੂ ਕੱਟ ਰਹੇ ਨੇ ਚਾਚੇ ਔਰ ਤੇ ਨਾਲ ਆਸਤਾ ਜੀ ਵਲੀ ਰਹਿਮਾਨ ਸਾਹਿਬ ਮਲਾਨਾ ਸਾਹਿਬ ਜੋ ਤਰਾਵੀਆਂ ਪੜਾਉਂਦਾ ਹੈ ਤੇ ਅੱਜ ਪਛਾ ਸ਼ਰਾਜ਼ ਹਨ ਤੇ ਆਸਾ ਹੈ ਜੀ ਚਲੋ ਤੁਸਾਂ ਕੋ ਥੋੜਾ ਪ੍ਰੋਗਰਾਮ ਸ਼ੋ ਕਰਾਵਾਂ ਇਹ ਸਾਰਾ ਏਰੀਆ ਜਿਹੜਾ ਆਂਦਾ ਨਾ ਆਪਣਾ ਬਾਦ ਨਾਲ ਲੱਗਦਾ ਹੈ ਸ਼ਰਵਾਲ ਜੇਰਾਂ ਆ ਗਈ ਇਹ ਜਿਹੜੇ ਅੱਗੇ ਬੜੇ ਬੜੇ ਟਾਕਰ ਇਥੇ ਮਾਲ ਮਵੇਸ਼ੀ ਵਸਾ ਏਰੀਆ ਠੀਕ ਹੈ ਬਕਾਇਆ ਤਾਂ ਪਾਣੀ ਛਾਣੀ ਕੋਈ ਵੀ ਨਹੀਂ ਜਿਹੜਾ ਪਾਣੀ ਪਛਾ ਸਾ ਰੱਖਿਆ ਰ ਟੈਂਕੀ ਵੀ ਇਹ ਪਾਣੀ ਆਸਾ ਗੱਡੀ ਵੀ ਮੰਗਾਣੇ ਸ਼ਰਵਾਨ ਸ਼ਹਿਰ ਤੋਂ ਉਥੋਂ ਇੱਥੇ ਤੱਕ ਗੇਟਾ ਲੱਗਦਾ ਹੈ ਤੇ ਤੁਸਾਂਬ ਲਾ ਕਰੋ ਪਾਣੀ ਦੀ ਕਿੰਨੀ ਬੜੀ ਜ਼ਰੂਰਤ ਹੈ ਤੇ